ਫਾਜ਼ਿਲਕਾ ਦੇ ਪਿੰਡ ਟਾਨੀ ਸੱਦਾ ਸਿੰਘ ਦੇ ਵਿੱਚ ਖੇਤ ਦੇ ਅੰਦਰ ਮੋਟਰ ਚਲਾਣ ਗਏ ਵਿਅਕਤੀ ਦੀ ਕਰੰਟ ਲੱਗਣ ਦੇ ਨਾਲ ਹੋਈ ਮੌਤ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਈ ਲਾਸ਼। ਫਾਜ਼ਿਲਕਾ ਦੇ ਪਿੰਡ ਟਾਨੀ ਸੱਦਾ ਸਿੰਘ ਦੇ ਵਿੱਚ ਖੇਤ ਦੇ ਅੰਦਰ ਮੋਟਰ ਚਲਾਣ ਗਏ ਇੱਕ ਵਿਅਕਤੀ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਛਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਦਾ ਨਿਵਾਸੀ ਸੁਬੇਗ ਸਿੰਘ ਆਪਣੇ ਖੇਤ ਦੇ ਅੰਦਰ ਮੋਟਰ ਚਲਾਉਣ ਲਈ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਨਹੀਂ ਮੁੜਿਆ ਤਾਂ ਪਰਿਵਾਰ ਵਾਲਿਆਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਸਨੂੰ ਕਰੰਟ ਲੱਗਿਆ ਪਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਖੇਤ ਦੇ ਅੰਦਰੋਂ ਚੱਕ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰਿਵਾਰ ਵਾਲੇ ਉਸ ਨੂੰ ਫਰੀਦਕੋਟ ਲਿਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਉਸਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ, ਜਿੱਥੇ ਉਸਦਾ ਪੋਸਟਮਾਰਟਮ ਕਰਵਾਇਆ ਜਾਏਗਾ। ਉਹਨਾਂ ਨੇ ਪੀੜਿਤ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਛਿੰਦਰ ਸਿੰਘ ਗ੍ਰਾਮ ਪੰਚਾਇਤ ਟਾਣੀ ਸੱਦਾ ਸਿੰਘ ਦੇ ਮੌਜੂਦਾ ਸਰਪੰਚ। ਕੀ ਗੱਲ ਕੀ ਹੋਈ ਹੈ ਜੀ? ਇਹ ਕੱਲ੍ਹ ਜੀ 23 ਤਰੀਕ ਨੂੰ ਸਾਰੇ ਰਸਤੇ 'ਚ ਸਾਰੀ ਦਿਹਾੜੇ ਸਾਨੂੰ ਮਿਲਿਆ, ਬੈਠੇ ਵੀ ਰਿਹਾ ਸਾਡੇ ਇਕੱਠੇ ਸਾਡੇ ਕੋਲ, ਅਤੇ ਸ਼ਾਮ ਨੂੰ ਲੈਟ ਕੇ ਤੇ ਆਈਏ ਅਤੇ ਚਲਾ ਗਿਆ ਬਾਹਰ ਖੇਤ, ਖੇਤ ਚਲਾਉਣ ਗਿਆ, ਆਪਦੇ ਖੇਤ ਗਿਆ, ਉੱਥੇ ਪਤਾ ਨਹੀਂ ਕਰੰਟ ਸਟਾਰਟ ਨਾ ਲੱਗਿਆ ਕਿ ਉਤਲੀ ਲਾਈਟ ਨਾ ਲੱਗਿਆ। ਘਰੂ ਪਰਿਵਾਰ ਨੇ ਆਖਿਆ ਵੀ ਇੰਨੀ ਦੇਰ ਹੋ ਗਿਆ ਵੀ ਸਾਡਾ ਪਾਪਾ ਨਹੀਂ ਘਰੇ ਆਇਆ, ਇਹ ਸਾਰੇ ਫਿਰ ਖੇਤ ਗਏ ਆ, ਉੱਥੋਂ ਭੱਜ ਕੇ ਵੇਖਿਆ ਤਾਂ ਚੁੱਕਾ ਤਾਂ ਕਰੰਟ ਲੱਗਾ ਪਿਆ ਸੀ, ਡਿੱਗਾ ਪਿਆ ਸੀ। ਫਿਰ ਇੰਨਾ ਵਾਜਾ ਵਾਜਾ ਪਿੰਡ ਆਸੇ ਪਾਸੇ ਸਾਰੇ ਪਿੰਡ ਵਾਜਾ ਮਾਰੇ, ਸਾਰਾ ਪਿੰਡ ਇਕੱਠਾ ਹੋ ਕੇ ਤਲੀਆਂ ਤੁਲੀਆਂ ਅਸੀਂ ਮਲੀਆਂ, ਲੇਕਿਨ ਫਿਰ ਸਾਰੇ ਚੁੱਕਦੇ ਸਰਕਾਰੀ ਹੋਸਪਿਟਲ ਲਿਆਂਦਾ, ਇਹ ਤਾਂ ਸਰਕਾਰੀ ਹੋਸਪਿਟਲ ਚੱਕ ਚੁੱਕ ਕੀਤਾ ਨੇ, ਪਰ ਇਹਨਾਂ ਰੈਫਰ ਫਰੀਦਕੋਟ ਕਰ ਦਿੱਤਾ ਹੈ। ਫਰੀਦਕੋਟ ਕਰਨੇ ਰਸਤੇ ਵਿੱਚ ਫਰੀਦਕੋਟ ਸਿਰਫ 1 ਕਿਲੋਮੀਟਰ ਪਿੱਛੇ ਉੱਥੇ ਡੈਥ ਹੋ ਗਈ। ਕੀ ਨਾਂ ਸੀ ਇਹਨਾਂ ਦਾ? ਸੁਬੇਗ ਸਿੰਘ। ਇਹਨਾਂ ਦੇ ਪਿਤਾ ਦਾ? ਪੁੱਤਰ ਸੱਦਰ ਸਿੰਘ ਦਾ, ਗ੍ਰਾਮ ਪੰਚਾਇਤ ਟਾਣੀ ਸੱਦਾ ਸਿੰਘ ਦਾ ਰਹਿਣ ਵਾਲਾ ਹੈ ਸੀਕ। ਅਤੇ ਹੁਣ ਕੀ ਕਾਰਵਾਈ ਕਰ? ਅਸੀਂ ਕਾਰਵਾਈ ਕਰਾਉਣਾ ਚਾਹੁੰਦੇ, ਗਰੀਬੀ ਮਾਲੀ ਸਹਾਇਤਾ ਪਰ ਮੰਗ ਕਰਦੇ ਹਾਂ, ਕੋਈ ਮਾਲੀ ਸਹਾਇਤਾ ਦਿੱਤੀ। ਗਰੀਬ ਪਰਿਵਾਰ ਹੈ, ਬਿਲਕੁਲ ਕੋਈ ਹਾਲ ਨਹੀਂ ਇਹਨਾਂ ਦਾ, ਇਹਨਾਂ ਦਾ ਬੱਚਿਆਂ ਦਾ ਸਾਰਾ ਕੋਈ ਨਹੀਂ ਹੈਗਾ। ਸਿਰਫ ਇਹ ਸੀ ਸਾਡੇ ਹੱਥ ਬੰਨ ਤੇ ਬੇਨਤੀ ਹੈ, ਇਹਨਾਂ ਬੱਚਿਆਂ ਨੂੰ ਕੋਈ ਨਾ ਕੁਝ ਮਾਲੀ ਸਹਾਇਤਾ ਦਿੱਤੀ ਜਾਵੇ। ਜੀ, ਜੋ ਕਿ ਸਾਨੂੰ ਵੀ ਰਾਤੀ 11 ਪਤਾ ਲੱਗਿਆ ਵੀ ਸੁਬੇਗ ਸਿੰਘ ਆਪਦੇ ਖੇਤ ਕੰਮ ਕਰਨ ਗਿਆ ਸੀਗਾ, ਉੱਥੇ ਲਾਈਟ ਨਾ ਲੱਗ ਗਿਆ, 5:30 ਚਲਾ ਗਿਆ ਸੀ ਇੱਥੋਂ। ਇਹ ਮਗਰਲ ਪਰਿਵਾਰ ਗਿਆ, ਉਹਨੇ ਦੇਖਭਾਲ ਕਰਨ ਵੀ ਇੰਨੀ ਲੇਟ ਕਿਉਂ ਨਹੀਂ ਆਇਆ? ਉੱਥੇ ਗਿਆ ਤਾਂ ਉੱਥੇ ਡਿੱਗਿਆ ਪਿਆ ਸੀਗਾ, ਇਹਨਾਂ ਵੇਖਿਆ ਅਤੇ ਜਿਹੜਾ ਇੱਥੇ ਅਸੀਂ ਇੱਥੇ ਮਤਲਬ ਲਾਈਟ ਲੱਗੀ ਸੀ ਇੱਥੇ ਘਰ 'ਤੇ ਲਾਈਟ ਲੱਗੀ ਹੋਈ ਸੀਗੀ, ਅਤੇ ਇਹਨਾਂ ਜਿਹਾ ਰੌਲਾ ਪਾ ਕੇ ਬੰਦੇ ਇਕੱਠੇ ਹੋਏ, ਅਸੀਂ ਬੰਦੇ ਇਕੱਠੇ ਫਿਰ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ, ਇਹਨਾਂ ਰੈਫਰ ਕੀਤਾ ਫਰੀਦਕੋਟ। ਫਰੀਦਕੋਟ ਜਾਂਦਾ ਹੀ ਰਸਤੇ 'ਚ ਮੌਤ ਹੋ ਗਈ। ਅਸੀਂ ਬੇਨਤੀ ਕਰਦੇ ਹਾਂ ਸਰਕਾਰ ਤੋਂ ਵੀ ਵੱਧ ਤੋਂ ਵੱਧ ਇਹਨੂੰ ਸਹਾਇਤਾ ਦਿੱਤੀ ਹੈ। ਗਰੀਬ ਪਰਿਵਾਰ ਹੈ, ਬਾਰਡਰ ਦਿੱਤੇ ਬਿਲਕੁਲ ਜ਼ਮੀਨ ਹੈ, ਜਮਾਨਾ ਤਾਰੋਂ ਪਾਰ ਜ਼ਮੀਨ ਹੈ, ਖੇਤੀ ਉਨੀ ਹੋ ਹੀ ਨਹੀਂ ਰਹੀ। ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੱਧ ਤੋਂ ਵੱਧ। ਕਿੰਨੀ ਜ਼ਮੀਨ ਸੀ ਜੀ ਇਹਨਾਂ ਕੋਲ? ਇਹਨਾਂ ਕੋਲ 1.5 ਕਿੱਲਾ, 1.5-2 ਕਿੱਲੇ। ਕੀ ਨਾਂ ਜੀ ਤੁਹਾਡਾ? ਕ੍ਰਿਸ਼ਨਾ ਬਾਈ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਅੱਛਾ ਜੀ, ਅਤੇ ਕੀ ਗੱਲ ਕੀ ਹੋਈ ਹੈ ਜੀ? ਜਿੰਨਾ ਮੌਤ ਹੋਈ ਸੀ ਤੁਹਾਡੇ ਕੀ ਲੱਗਦੇ ਸੀ? ਉਹ ਮੇਰਾ ਪਤਾ ਹੀ ਹੈਗਾ ਸੀ। ਅੱਛਾ, ਕੀ ਨਾਂ ਸੀ ਇਹਨਾਂ ਦਾ? ਕੀ ਗੱਲ ਕੀ ਹੋਈ ਇਹਨਾਂ ਦੇ ਨਾਲ? ਉਹ ਮੋਟਰ ਚਲਾਉਣ ਗਿਆ ਸੀ ਆਪਦੀ ਖੇਤੀ ਬਾਰੇ, ਤੇ ਪਹਿਲੀ ਤਾਰਾਂ ਤੋਂ ਪਾਰ ਹੈਗੀ ਸੀ ਤੇ ਬੋਰ ਬੋਰਲੇ ਬਾਰੇ ਗਾ ਸੀ, ਤੇ ਮੋਟਰ ਚਲਾਉਣ ਗਿਆ ਸੀ ਤੇ ਸਾਨੂੰ ਨਹੀਂ ਪਤਾ ਹੈਗਾ ਸੀ, ਤੇ ਜਾ ਕੇ ਬਾਅਦ 'ਚ ਵੇਖਿਆ ਵੀ ਹਾਲੇ ਨਹੀਂ ਘਰੇ ਮੁੜ ਕੇ ਆਇਆ, ਫਿਰ ਵੇਖਿਆ ਸੀ ਤੇ ਲਾਈਟ ਲੱਗੀ ਖੜੀ ਸੀ, ਤੇ ਫਿਰ ਉੱਥੇ ਜਾ ਰੌਲਾ ਪਾਇਆ, ਚੱਕ ਕੇ ਘਰੇ ਲਿਆਂਦਾ, ਤੇ ਫਿਰ ਆਟਾ ਉਟਾ ਘਰੇ ਮਲਿਆ, ਫਿਰ ਇੱਥੇ ਫਾਜ਼ਿਲਕਾ ਲਿਆਂਦਾ ਸਰਕਾਰੀ ਹਸਪਤਾਲ, ਫਿਰ ਇੱਥੇ ਇਹਨਾਂ ਦਵਾਈ ਮਾੜੀ ਮੋਟੀ ਲਾਈ, ਫਿਰ ਇਹਨਾਂ ਫਰੀਦਕੋਟ ਭੇਜਿਆ, ਫਿਰ ਉੱਥੇ ਰਾਹ ਵਿੱਚ ਡਿੱਛ ਹੋ ਗਈ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਕਰਨੇ ਆ ਵੀ ਜਿਹੜਾ ਗਰੀਬ ਹੈਗੇ ਆ ਤੇ ਜਿੰਨਾ ਕੁ ਸਰਕਾਰ ਕੋਲ ਕੁਝ ਸਾਨੂੰ ਦੇਵੇ। ਗਰੀਬ ਹੈਗੇ ਆ, ਮੁੰਡਾ ਨਾਲ ਹੈਗਾ ਇਹਦੇ, ਤੇ 2 ਛੋਟੇ ਨੇ ਬੱਚੇ ਕੁੜੀਆਂ ਨੇ, ਬ੍ਰਦਰ ਹੈਗੇ ਸੀਗੇ। ਅੱਛਾ ਜੀ, ਸਾਨੂੰ ਕੱਲ ਸ਼ਾਮ ਨੂੰ ਪਤਾ ਲੱਗਿਆ, ਅਸੀਂ ਗਏ ਹਾਂ ਇਹ ਪਰਿਵਾਰ ਜਿਹੜਾ ਗਿਆ ਉਹਨੂੰ ਲੈ ਕੇ ਆ ਰਿਹਾ ਸੀ, ਵੀ ਉਹ ਖੇਤ 'ਚ ਗਿਆ ਸੀਗਾ ਮੋਟਰ ਚਲਾਉਣ ਵਾਸਤੇ, ਅਤੇ ਉੱਥੇ ਕਿਤੇ ਲਾਈਟ ਲੱਗ ਗਈ, ਪਤਾ ਨਹੀਂ ਹੁਣ ਸਟਾਰਟਰ ਤੋਂ ਲੱਗੀ ਹੈ ਜਾਂ ਮੋਟਰ ਤੋਂ ਲੱਗੀ ਹੈ, ਅਤੇ ਇਹ ਚੱਕ ਕੇ ਲੈ ਕੇ ਆਏ ਨੇ। ਅਸੀਂ ਫਿਰ ਉੱਥੋਂ ਗੱਡੀ 'ਚ ਪਾਇਆ ਅਤੇ ਫਾਜ਼ਿਲਕਾ ਲੈ ਆਏ ਫਾਜ਼ਿਲਕਾ ਸਿਵਲ ਹਸਪਤਾਲ 'ਚ, ਅਤੇ ਇਹਨਾਂ ਨੇ ਫਿਰ ਕੁਛ ਦਵਾਈ ਦਿੱਤੀ, ਫਿਰ ਬਾਅਦ 'ਚ ਇਹਨਾਂ ਨੇ ਕਿਹਾ ਵੀ ਇਹਨੂੰ ਫਰੀਦਕੋਟ ਲੈ ਜਾਓ, ਇਹ ਲਾਈਟ ਜ਼ਿਆਦਾ ਲੱਗ ਗਈ ਇਹਨੂੰ। ਅਸੀਂ ਫਰੀਦਕੋਟ ਲੈ ਕੇ ਚੱਲੇ ਸੀ, ਇਹਦੇ ਰਸਤੇ 'ਚ ਇਹਦੀ ਮੌਤ ਹੋ ਗਈ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਜੀ, ਗਰੀਬ ਪਰਿਵਾਰ ਹੈ, ਛੋਟੇ ਛੋਟੇ ਬੱਚੇ ਹੈਗੇ ਨੇ, ਅਤੇ ਜੋ ਸਕੀਮ ਹੈਗੀ ਸਰਕਾਰ ਦੀ, ਜੋ ਲਾਭ ਹੈ
सरकार दिंदी है वो इन्हों का बिल्कुल जायज़ है तो इन्हों मिलना चाहिए।